ਉਹਨਾਂ ਵਿੱਚੋਂ ਨਾ ਮੋਤੀਆਂ 'ਚੋਂ ਇੱਕ ਬੰਦਾ ਸੀ, ਉਹ ਕਹਿੰਦੇ ਲਾ ਕੇ ਤਿੰਨ ਬੰਦੇ ਆਤਾ ਹੈ, ਉਹਨੂੰ ਫੜ ਲਿਆ, ਫੜ ਕੇ ਬਿਠਾ ਲਿਆ। ਉਹ ਕਹਿੰਦਾ ਜਿਹੜਾ ਮੁਸਲਮਾਨ ਸੀ ਨਾ ਸਾਡੇ ਪਿੰਡ ਦਾ, ਉਹਨਾਂ ਨੂੰ ਕਹਿੰਦਾ ਵੀ ਬਾਬੇ ਨਹੀਂ ਪਾਤੇ ਤਗੜੇ ਬਹੁਤ ਆ, ਤੁਸੀਂ ਬੰਦੇ ਲਿਆਓ ਪੰਜ ਸੱਤ। ਮੈਂ ਕਹਿੰਦਾ ਰੱਖ ਲਈ ਉਹਨਾਂ ਨੂੰ। ਕਿਤੇ ਯਾਦ ਕਰੋਗੇ ਕਹਿੰਦਾ ਉਹ ਨੀ ਜਾ ਜਾਣਾ ਵੀ ਬੰਦੇ ਸਾਨੂੰ ਮਾਰ। ਇਹ ਦੱਸਦੇ ਵੀ ਜਿਹੜੇ ਖੇਤ ਦੀ ਬਾਹਰ ਪਿੱਛੋਂ ਮੁੜ ਕੇ ਦੇਖਿਆ ਤਾਂ ਸਾਡੇ ਮਗਰ ਪੰਦਰਾਂ ਮੰਗਲ ਨੂੰ ਸੀ, ਭੈਣਾਂ ਸੀਗੀਆਂ ਤਿੰਨ, ਇੱਕ ਮਰ ਗਈ ਸੀ ਉਹ, ਉਹਦੀ ਪੋਤੀ ਦਾ ਅੱਜ ਵਿਆਹ ਉਹਦਾ ਜਾਣਾ ਸੀ, ਮੈਨੂੰ ਅੱਜ ਵਿਆਹ, ਮੈਨੂੰ ਵੀਜ਼ਾ ਨਹੀਂ ਮਿਲਿਆ। ਮੈਂ ਦਿੱਲੀ ਜਾ ਕੇ ਆ ਗਿਆ, ਵੀਜ਼ਾ ਅੱਜ ਵਿਆਹ ਆ ਉੱਥੇ ਮੇਰੀ ਭੈਣ ਦੀ ਪੋਤੀ ਦਾ, ਤਿੰਨ ਭੈਣਾਂ ਮੇਰੀਆਂ ਉੱਧਰ। ਉਹ ਗੱਲ ਤੈਨੂੰ ਦੱਸਿਆ, ਮੈਂ ਲੋਕਾਂ ਲੋਕ ਇਕੱਠੇ ਹੋ ਗਿਆ ਵੀ ਅੱਜ ਇਹਦੀ ਬੀਬੀ ਨਾਲ ਇੱਥੇ, ਮੈਂ ਕਿਹਾ ਲਿਆ ਵੀ ਇੱਦਾਂ ਗੱਲ ਕਰਿਓ ਦੱਸਿਓ ਨਾ ਮੇਰੀ ਬੀਬੀ ਨੂੰ ਬੰਸ਼ੀ ਕਿਹੜਾ, ਅਤੇ ਲੱਡੂ ਮੈਂ ਲਿਆ ਅਤੇ ਮੈਂ ਕਿਹਾ ਜਿਹੜਾ ਆਵੇ ਉਹਨੂੰ ਦੇ ਜਾਣੇ ਤੂੰ ਪਠਾ ਦੇ ਜਾਣੇ। ਉਹ ਮੇਰੀ ਬੀਬੀ ਆ ਕੇ ਬਹਿ ਗਈ, ਉਹ ਸਾਰੇ ਲੱਡੂ ਬਚਾਉਂਦੇ ਰਹੇ ਬਚਾਉਂਦੇ ਰਹੇ, ਤਾਂ ਕਦੇ ਨਹੀਂ ਮੈਂ ਆਇਆ ਦੂਰੋਂ। ਮੈਨੂੰ ਕਹਿੰਦਾ ਇੱਕ ਬੰਦਾ ਬੰਸ਼ੀ ਵਧਾਈਆਂ, ਉਹ ਬੁੜੀ ਲਿਆ ਸੁਣ ਦੋ ਵਜੇ ਜੀ ਉਹ ਵਾਪਸ, ਤਾਂ ਮੈਂ ਕਹਿ ਦਿਆ ਤੂੰ ਮੁੱਕਰ ਜਾ ਵੀ ਮੈਂ ਆ ਗਈ ਪੁੱਤ ਕੋ, ਤਾਂ ਮੇਰਾ ਉੱਧਰ ਹੈ ਨਹੀਂ ਕੋਈ। ਕਹਿੰਦੀ ਤੈਨੂੰ ਮੈਂ ਇਕੱਲੇ ਨੂੰ ਹੁਣ ਕਹਿ ਦਿਆਂ ਤਾਂ ਜਿਹੜੇ ਉੱਧਰ ਛੇ ਆ ਉਹ ਨਹੀਂ ਮੇਰੇ ਤੋਂ ਸਹੀ ਆ, ਉੱਧਰ ਸੀ ਤਿੰਨ ਭਾਣਾ ਤਿੰਨ ਭਰਾ। ਆਦਮਪੁਰ ਦੇ ਬਿਲਕੁਲ ਨੇੜੇ ਪਿੰਡ ਹੈ, ਸੁਣਿਆ ਹੈ ਕਿ ਪਹਿਲਾਂ ਮੁਸਲਮਾਨ ਰਾਜਪੂਤਾਂ ਦਾ ਵੱਡਾ ਪਿੰਡ ਹੁੰਦਾ ਸੀ। ਸੋ 47 ਤੋਂ ਬਾਅਦ ਕਾਫੀ ਲੋਕ ਇੱਥੇ ਆਏ ਅਤੇ ਉਹਨਾਂ 'ਚੋਂ ਇੱਕ ਬਜ਼ੁਰਗ ਮੇਰੇ ਸਾਹਮਣੇ ਬੈਠੇ ਆ ਜੀ, ਕਰਦੇ ਹਾਂ ਗੱਲਬਾਤ। ਬਾਬਾ ਜੀ ਸਤਿ ਸ਼੍ਰੀ ਅਕਾਲ। ਹੈ ਜੀ ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਆਪਣਾ? ਮੇਰਾ ਬੰਸੀ ਲਾਲ। ਬੰਸੀ ਲਾਲ, ਠੀਕ ਹੈ ਜੀ। ਅਤੇ ਤੁਸੀਂ ਵੀ 47 ਤੋਂ ਪਹਿਲਾਂ ਉੱਧਰ ਹੀ ਰਹਿੰਦੇ ਸੀ? ਹਾਂ, ਉੱਧਰ ਪਾਕਿਸਤਾਨ 'ਚ। ਕਿਹੜਾ ਪਿੰਡ ਸੀ ਉੱਥੇ? 164 ਸਟੇਸ਼ਨ ਲੱਗਦਾ ਤੇ ਮਰੀਦਾ ਬੰਗਲਾ ਲੱਗਦਾ, ਤਾਂ ਜ਼ਿਲ੍ਹਾ ਹੈਗਾ ਲੈਲਪੁਰ, ਤਹਿਸੀਲ ਸਮੁੰਦਰੀ ਆ। ਤੇ ਸਾਨੂੰ ਲੱਗਦਾ ਜ਼ਿਲ੍ਹਾ ਲਾਲਪੁਰ ਹੀ, ਸਾਨੂੰ ਵੀ ਚੌਂਹਦ ਵਿੱਚ ਤਾਂ ਨਸੀਬ ਜੜਾ ਵਾਲਾ ਸੀ। ਅੱਛਾ, ਤੁਸੀਂ ਜੜਾਂ ਵਾਲੇ ਦੇ ਨੇੜੇ ਸੀ? ਨਹੀਂ, ਅਸੀਂ ਤਾਂ ਨਾਨਕੀ ਰਹਿੰਦਾ ਸੀ ਨਾ, ਮੈਨੂੰ ਕਹੂੰ। ਅਤੇ ਤੁਹਾਡੇ ਨਾਨਕੇ ਇੱਧਰੋਂ ਕਿੱਥੋਂ ਗਏ ਸੀ? ਉਹ ਇੱਧਰੋਂ ਮਰੋਇਆ ਅਤੇ ਗਏ ਨਹੀਂ, ਕਿਤੇ 100 ਸਾਲ ਹੋਇਆ ਗਿਆ ਨੂੰ। ਕੌਣ ਗਿਆ ਸੀ? ਸਾਡਾ ਨਾਨਾ ਗਿਆ ਸੀ ਗਾਈਆ। ਅਤੇ ਉੱਧਰ ਸਾਡੇ ਪੜਦਾਦੇ ਗਏ ਹੋ ਆ, ਜਿੱਥੇ ਸਾਡਾ ਜੱਦੀ ਪਿੰਡ ਉਹ ਪੜਦਾਦੇ ਉੱਧਰ ਹੀ ਮਰੇ। ਤੁਹਾਡੇ ਪੜਦਾਦੇ ਕਿਹੜੇ ਪਿੰਡੋਂ ਗਏ ਸੀ? ਇੱਧਰ ਹੁਕੜਾ ਤੋਂ। ਸਾਡਾ ਬਾਬਾ ਮਰ ਗਿਆ, ਬਾਬੇ ਦੇ ਭਰਾ ਨੇ ਪੜ੍ਹਾਇਆ, ਸਾਡੇ ਬਾਬੇ ਦੇ ਭਰਾ ਨੇ ਵਿਆਹਿਆ, ਸਾਡੇ ਬਾਬੇ ਦੇ ਭਰਾ ਨੇ ਸਾਡਾ ਬਾਪ ਪਾ ਕੇ ਵਿਆਹਿਆ, ਦੋ ਸੀ ਮੇਰੀ ਭੂਆ ਦਾ ਬਾਪ, ਉਹਦੇ 5 ਲਟਕੇ ਜਿਹੜਾ 110 ਸਾਲ ਦਾ ਹੋ ਕੇ ਮਰਿਆ, ਉਹ ਸਾਧ ਹੋ ਗਿਆ ਫਿਰ ਇਹ ਤਕੜੇ ਕਰਕੇ ਨਾ ਸਾਰੀ, ਜਦ ਮੇਰਾ ਬਾਪ ਮਰ ਗਿਆ ਉਹ ਸਾਧ ਹੋ ਗਿਆ, ਕਹਿੰਦਾ ਆਪਣੇ ਪੁੱਤ ਦੇ ਦੁੱਖ 'ਚ ਬਾਪ ਦੇ ਦੁੱਖ ਦਾ ਹੀ ਮਰ ਗਿਆ, ਕਹਿੰਦਾ ਰਹਿ ਹੀ ਨਹੀਂ ਤਾਂ ਸਾਧ ਹੋ ਗਿਆ। ਚਲੋ ਆਪਾਂ ਇੱਦਾਂ ਕਰਦੇ ਹਾਂ, ਪਹਿਲਾਂ ਤੁਹਾਡੇ ਜਿਹੜਾ ਜੱਦੀ ਪਿੰਡ ਆ 196 ਦਾਦੇ ਦਾ ਪਿੰਡ, ਉਹ ਜਿੱਥੇ ਸਾਡਾ ਬਾਪ ਪੜ੍ਹਿਆ ਲਿਖਿਆ, ਮੈਂ ਉੱਥੇ ਗਿਆ ਨੀ ਇੱਕ ਵਾਰੀ ਵੀ ਨਹੀਂ, ਮੈਂ ਹੁਣ ਤਾਂ ਗਿਆ ਵੀ ਪੜ੍ਹੀ, ਜਦ ਪਾਕਿਸਤਾਨ ਬਣਿਆ ਉਦੋਂ ਨਹੀਂ ਗਿਆ, ਪਹਿਲਾਂ ਨਹੀਂ ਸੀ ਗਏ ਨਾ, ਹੁਣ ਤਾਂ ਪਾਸਪੋਰਟ ਬਣਾ ਲਿਆ ਆਪਣੀ ਮਾਂ ਨੂੰ ਮਿਲਣ ਹਰ ਸਾਲ ਦਾਦਾ ਦੇ। ਸਾਡੀ ਮਾਂ ਨੇ ਸਾਡਾ ਚਾਚਾ ਸੀ ਉਹਦੇ ਘਰ ਚਲੇ ਗਏ, ਉਹਦੇ ਵਿਚਾਰ ਲੜ ਕੇ ਉਹ ਵੀ ਭਰਾਵਾਂ ਮਿਲਦੇ ਆ। ਤੁਹਾਡਾ ਜੱਦੀ ਪਿੰਡ ਸੀ ਹੁਸ਼ਿਆਰਪੁਰ ਅੱਤੋਵਾਲ ਰੋਡ ਤੇ, ਜਿਹੜਾ ਹੁਕੜਾ ਪਿੰਡ? ਹਾਂ, ਹੁਕੜਾ ਪਿੰਡ। ਤੇ ਗੋਤ ਕਿਹੜੀ ਆਪਣੀ? ਗੋਤ ਹੈਗੇ ਸਾਡਾ ਕਤਨੌਰੀਆ ਤਾਂ ਨਹੀਂ? ਨਹੀਂ, ਚਲੋ ਖੈਰ ਯਾਦ ਆ ਜਾਓ।
ਇੱਥੋਂ ਕੌਣ ਗਿਆ ਸੀਗਾ ਫੁਕਣਾ ਤੋਂ? ਸਾਨੂੰ ਤੇ ਇੰਨਾ ਪਤਾ ਲੱਗਾ ਵੀ ਇੱਥੋਂ ਗਿਆ ਸੀਗਾ ਬਾਬਾ ਗਿਆਨਾ। ਉਹ ਤੁਹਾਡਾ ਲੱਗਦਾ ਸੀ ਪਰਦਾਦਾ? ਪਰਦਾਦੇ ਦਾ ਵੀ ਪੇ ਸੀ ਉਹ, ਅਸਲੀ ਪੀੜ੍ਹੀ ਸੀਗਾ ਗਿਆਨਾ, ਅੱਠਵੀਂ ਪੀੜ੍ਹੀ ਸੀਗਾ। ਵੈਸੇ ਉਹ ਕਿਹੜਾ ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਇੰਨਾ ਕੁ ਪਿੰਡ ਸੀ ਜਾ ਉਹ ਜਾ ਜਾ ਇਹ ਦੋ ਬੁਧੇ ਗਿਆਨਾ ਤਾਂ ਧਿਆਨਾ ਦੋ ਭਰਾ। ਅੱਛਾ, ਉਹ ਗਿਆਨਾ ਇੱਥੇ ਧਿਆਨਾ ਰਹਿ ਗਿਆ, ਗਿਆਨਾ ਉੱਧਰ ਨੂੰ ਚਲਾ ਗਿਆ। ਉਹਦੇ ਉਹ ਫਿਰ ਗਿਆਨੇ ਦੇ ਹੋਏ ਤਿੰਨ ਮੁੰਡੇ ਹੋਏ, ਸੁਣ ਲਾ ਸਾਰੇ ਗਿਆਨੇ ਦੇ ਹੋਏ ਤਿੰਨ ਮੁੰਡੇ, ਰਾਜੂ ਪਾਗੂ ਮਾਗੂ। ਅੱਛਾ, ਉਹ ਫਿਰ ਤਿੰਨਾਂ ਮੁੰਡਿਆਂ ਵਿੱਚੋਂ ਇੱਕ ਤਾਂ ਕੁੱਲ ਲਾ ਪਿਆ ਸਾਧ ਹੋ ਗਿਆ। ਉਹਦਾ ਕੀ ਨਾਂ ਸੀ? ਉਹਨਾਂ ਰਾਜੂ ਮਾਗੂ, ਮਾਗੂ ਕੁੱਲ ਲਾ ਪਿਆ। ਉਹ ਕੁੱਲ ਲਾ ਪਿਆ ਜਿਹੜਾ ਰਾਜੂ ਤਾਂ ਪਾਗੂ ਸੀਗੇ, ਉਹ ਬੱਟਾ ਚੱਕਣ ਲਾ ਪਿਆ। ਅੱਛਾ, ਉਹ ਫਿਰ ਜਿਹੜਾ ਪਾਗੂ ਸੀਗਾ ਉਹ ਛੇ ਮਾਣ ਦਾ ਬੱਟਾ ਚੱਕ ਕੇ ਬਾਲਾ ਕੱਢਿਆ ਅੰਗਰੇਜ਼ਾਂ ਦੇ ਟਾਈਮ 'ਚ। ਉਹਨੂੰ ਕਿਹਾ ਵੀ ਤੈਨੂੰ ਆ ਘੇ ਤਾਂ 100 ਰੁਪਇਆ ਦੇਵਾਂਗੇ। ਉਹ ਜਦ ਬਾਲਾ ਕਰਕੇ ਬੱਟਾ ਸਿੱਟਿਆ ਨਾਲ ਹੀ ਉਲਟੀ ਆ ਗਏ, ਖਤਮ ਹੋ ਗਿਆ ਉਹ ਭਾਗੂ, ਉੱਥੇ ਹੀ ਖਤਮ ਹੋ ਗਿਆ। ਫਿਰ ਭਾਗੂ ਦੇ ਪੰਜ ਨਿਆਣੇ ਸੀ। ਅੱਛਾ, ਉਹਨਾਂ ਦੇ ਕੀ ਨਾਂ ਸੀ? ਭਾਗੂ ਦੇ ਪੰਜ ਨਿਆਣੇ ਸੀ, ਉਹ ਵੀ ਤੁਹਾਨੂੰ ਦੱਸ ਦਊ ਤਾਂ ਰਾਜੂ ਦੇ ਪੰਜ ਸੀ। ਅੱਛਾ, ਉਹ ਜਿਹੜਾ ਗਿਆਨਾ ਸੀ ਉਸ ਫਿਰ ਕੀਤਾ ਦੋਨੇ ਬੁੜੀਆਂ ਇਕੱਠੀਆਂ ਕਰਕੇ ਇਕੱਠਾ ਕਰ ਦਿੱਤੀਆਂ ਵੀ ਇਹ ਨਿਆਣੇ ਕਿੱਦਾਂ ਪੜੂਗੇ, ਕਿੱਦਾਂ ਇਹਨਾਂ ਨੂੰ ਕੋਈ ਵਿਆਹੂਗਾ। ਉਹ ਫਿਰ ਜਦ ਭਾਗੂ ਲੱਗ ਗਿਆ ਤਾਂ ਰਾਜੂ ਦੇ ਪਾਲ ਕੇ ਵਿਆਹ, ਉਹ ਫਿਰ ਬਲੀ ਹੋਏ ਤਕੜੇ ਹੋਏ, ਉਹਨਾਂ ਤੋਂ ਆਸਾਦ ਹੋਇਆ ਜਿਹੜਾ 120 ਸਾਲ ਦਾ ਹੋਣੀ ਮਤਲਬ। ਉਹਨਾਂ ਦੇ ਫਿਰ ਇੱਕ ਦੇ ਹੀ ਤਿੰਨ ਮੁੰਡੇ ਦਾ, ਦੋ ਕੁੜੀਆਂ, ਇੱਕ ਨਾ ਨੱਥੂ ਸੀ, ਇੱਕ ਨਾ ਮੇਰੇ ਬਾਬੇ ਨਾਲ ਬਾਬੂ ਸੀ, ਜਿਹੜਾ ਸਾਧ ਹੋਇਆ ਇਹਨਾਂ ਫੱਤੂ ਸੀ। ਉਦੋਂ ਬਾਅਦ ਫਿਰ ਇਹਨਾਂ ਦੇ ਹੋਏ ਉਹ ਜਿਹੜੇ ਫੱਤੂ ਦੇ ਮੁੰਡੇ ਸੀ, ਉਹ ਇੱਕ ਤਾਂ ਮੇਰਾ ਬਾਪ ਮਰ ਗਿਆ, ਉਹਦੇ ਥਾਂ ਸਾਡੇ ਬੀਬੀ ਦੇ ਘਰ ਹੋ ਗਿਆ। ਉਹ ਫਿਰ ਮੈਨੂੰ ਨਾਨਕਿਆਂ ਨੂੰ ਪਾ ਲਿਆ, ਮੈਂ ਗਿਆ ਨਹੀਂ ਉੱਥੇ। ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ? ਨਾਨਾ ਸਾਡਾ ਸੀਗਾ, ਉਹਦਾ ਨਾਂ ਗਾਈਆ ਸੀ, ਉਹ ਬੇਚਾਰਾ ਡੱਕਾ ਮੁਕਾਰ ਕਰਦਾ ਪਿੰਡ ਦਾ। ਮਾਮੇ ਵੀ ਸਾਡੇ ਬੁਣਦੇ ਸੀ ਕੱਪੜਾ, ਬੁਣਦੇ। ਕੀ ਨਾਂ ਸੀ ਮਾਮਿਆਂ ਦੇ? ਇੱਕ ਦਾ ਫੁੰਮਣ ਸੀ, ਇੱਕ ਦਾ ਬੀਰੂ ਸੀ, ਜਿਹਦਾ ਕੋਲ ਪਹਿਲਾਂ ਵਿਆਹ ਵੀ ਮੈਨੂੰ ਲਿਆ, ਫਿਰ ਇੱਧਰ ਆ ਗਿਆ ਉਹਨੇ ਵਿਆਹ ਵੀ, ਫਿਰ ਮਾਰੀ ਸਾਡੀ ਆਉਂਦੀ ਜਾਂਦੀ ਰਹਿਣ ਸਨ। ਅੱਛਾ, ਫਿਰ ਨਾ ਜਾਂਦਾ ਰਿਹਾ। ਅੱਛਾ, ਇੱਕ ਗੱਲ ਦੱਸਿਓ, ਤੁਸੀਂ ਫਿਰ ਸਕੂਲੇ ਤੁਸੀਂ ਪੜ੍ਹ ਗਏ? ਨਹੀਂ, ਮੈਂ ਨਹੀਂ ਗਿਆ ਜੀ, ਮੈਨੂੰ ਪੜ੍ਹਨਿਆ ਨਹੀਂ ਪਾਇਆ ਘਰਦਿਆਂ ਨੇ, ਕਹਿੰਦੇ ਫੇਰ ਮਾਸਟਰ ਸੀ ਉਹ ਮਰ ਗਿਆ, ਅਸੀਂ ਇਹਨੂੰ ਪੜ੍ਹਨਾ ਹੀ ਨਹੀਂ ਪਾਉਣਾ। ਕਹਿੰਦੇ ਉਹ ਮਰ ਗਿਆ, ਇਹਨੂੰ ਪੜ੍ਹਨਾ ਹੀ ਨਹੀਂ ਪਾਉਣਾ। ਤਾਂ ਮੇਰਾ ਇੱਕ ਮਾਮੇ ਦਾ ਪੁੱਤ ਪੜ੍ਹਿਆ ਸੀ 14 ਜਮਾਤ ਦਾ, ਉਹ ਮੈਨੂੰ ਊੜਾ ਆਇਆ ਆਹ ਦੂਆ ਪੜ੍ਹਾਉਂਦਾ ਹੁੰਦਾ ਇੱਕ ਦਾ ਊੜਾ ਆਇਆ ਈੜੀ ਸੱਸਾ ਆਹ, ਉਹ ਮੈਂ ਨਾ ਸਾਰਾ ਹੀ ਪੜ੍ਹਿਆ, ਪੜ੍ਹ ਕੇ ਮੈਂ ਥੋੜ੍ਹਾ ਜਿਹਾ ਤਕੜਾ ਹੋ ਗਿਆ, ਮੈਂ ਪੱਠੇ ਪੁੱਠੇ ਲਿਆਉਣ ਲੱਗ ਪਿਆ। ਘਰਦਿਆਂ ਗੱਲੇ ਨਹੀਂ ਸੀ ਬਾਈ, ਨਾ ਹੀ ਘਰਦੇ ਕਹਿੰਦੇ ਪੜ੍ਹਾਉਣਾ ਹੀ ਨਹੀਂ ਇਹਨੂੰ, ਤਾਂ ਨਾਨਕੀ ਤਾਂ ਨਹੀਂ ਜਾਣਦੇ ਨਾ, ਉਹ ਟੀ ਵੀ ਹੋ ਗਈ ਸੀ ਮੇਰੇ ਬਾਪ। ਅੱਛਾ, ਉਹ ਫਿਰ ਨਾਨਕੀ ਤਾਂ ਨਹੀਂ ਜਾਣ ਦਿੰਦੇ। ਨਹੀਂ, ਨਾਨਕੇ ਜਾਂ ਆਪਣੇ ਅਸਲੀ ਪਿੰਡ? ਅਸਲੀ ਪਿੰਡ ਜਿੱਥੇ ਸਾਡੀ ਮਾਈ ਸੀ ਨਾ, ਉੱਥੇ ਸਾਡਾ ਬਾਪ ਮਿਲਿਆ ਟੀਵੀ ਨਾਲ। ਅਤੇ ਉਹਨੂੰ ਮਾਸਟਰ ਸੀਗਾ, ਇੱਕ ਮੁੰਡਾ ਮਾਸਟਰ ਸੀ, ਉਹਦੇ ਕੋਲ ਜਦੋਂ ਨਹੀਂ ਹਟਦਾ ਸੀ, ਉਹਦੇ ਨਾਲ ਕੱਠਾ ਹੀ ਰਹਿੰਦਾ ਸੀ। ਬਾਬੇ ਵੀ ਸੋਦੇ ਹੀ ਹਰਜਾ ਹੋ ਜਾਂਦਾ ਨਾ, ਫਿਰ ਉਹ ਮਰ ਗਿਆ, ਉਹਦੇ ਨਾਲ ਹੀ ਉਹਨੂੰ ਹੋ ਗਈ, ਉਹਦਾ ਉਦੋਂ ਲਾ ਰਹਿੰਦੀ ਸੀ ਕੋਈ, ਉਹਦਾ ਲਾਸ ਨਾ ਫਿਰ 5 ਦਿਨ ਦਾ ਜਦੋਂ ਉਹ ਮਰ ਗਿਆ। ਮੈਨੂੰ ਸਾਰੀ ਹਿਸਟਰੀ ਦੱਸ ਗਿਆ ਉਹ, ਫਿਰ ਮੈਂ 14 'ਤੇ ਪਿਆ, 14 ਮੈਂ 18 ਸਾਲ ਦਾ ਜਦੋਂ ਦੌੜਾ ਪਿਆ, 19-20 ਕਿਲੋ ਮੈਂ ਵਜਨ ਚੱਕ ਕੇ ਤੁਰ ਕੇ ਆ ਰਿਹਾ ਸੀ। ਅੱਛਾ, 164 ਦੇ ਨੇੜੇ ਤੇੜੇ ਕਿਹੜੇ ਕਿਹੜੇ ਚੱਕ ਸੀ? 64, 65, 66, 67 64, 65, 66 22, 21, 19 ਥੋੜ੍ਹਾ ਇਹ ਸਾਰੇ ਵੀ ਹੁੰਦਾ ਤਕੜਾ ਹੀ ਜਾਂਦੇ ਨਹੀਂ ਸਾਰੇ। ਫਿਰ ਤੁਹਾਡੇ ਕੋਲ ਡਿਸਕੋਟ ਵੀ ਹੋਣਾ? ਨਹੀਂ ਨਹੀਂ, ਡਿਸਕੋਟ ਉੱਥੇ ਨਹੀਂ ਸਾਡੇ ਆ ਲੈਂਦੇ ਸੀ। ਅੱਛਾ, ਇਹ ਲਾਲਪੁਰ ਦੇ ਕੋਲ ਸੀ, ਇੱਧਰ ਗਾਹਾਂ ਨੂੰ ਸਾਥ ਗਾਹਾਂ ਨੂੰ ਲਾਲਪੁਰ ਤੋਂ ਸਾਥ, ਲਾਲਪੁਰ ਸਾਥ ਉਹਨਾਂ ਨੂੰ 20 ਮੀਲ ਕਹਿੰਦੇ ਹੁੰਦੇ ਸੀ, 20 ਕੋਹ ਸੀ ਸਾਥ ਲਾਲਪੁਰ। ਤੇ ਤੁਸੀਂ ਫਿਰ ਵੀ ਹੋ ਗਏ ਸੀ 16-17 ਸਾਲ ਦੇ? ਆਹੋ, 16-17 ਫਿਰ ਆਏ ਤਕੜੇ ਵਜਨ ਚੱਕ ਕੇ ਇੱਕ ਮਹੀਨਾ ਤੁਰ ਕੇ ਆਏ। ਤੇ ਤੁਸੀਂ ਕੀ ਕੰਮ ਕਾਰ ਕਰਦੇ ਹੁੰਦੇ ਸੀ? ਮੈਂ ਉਹਦੇ ਕੋਲ ਤੈਨੂੰ ਕੋਲ ਪੱਠੇ ਪੁੱਠੇ ਬੁੜਾ ਝੋਕਦਾ ਹੁੰਦਾ, ਇਹਨੂੰ ਬਾਲਣ ਬੁਲਣ ਬੁਲਾ ਦੇਣਾ, ਪੱਠੇ ਪੁੱਠੇ ਲੈ ਆਉਂਦੇ, ਮੈਂ ਇਹਨੂੰ ਘਰ ਦਾ ਲਾਇਆ ਨਹੀਂ, ਫਿਰ ਕੰਮ ਇੱਧਰ ਆ ਕੇ ਮੈਂ ਕੱਪੜਾ ਬੁਣਦੇ ਬੁਣਦੇ। ਨਹੀਂ, ਜਿਹੜਾ 164 ਸੀਗਾ ਉਹਦੇ ਵਿੱਚ ਜ਼ਿਮੀਂਦਾਰ ਕਿੱਥੋਂ ਗਏ ਸੀ? ਉਹ ਇੱਥੇ ਹੀ ਸਾਰੇ, ਇੱਥੇ ਕੋਲ ਹੀ ਆ ਸਾਡੇ, ਸਿੱਖ ਸੀਗੇ, ਸਿੱਖ ਇੱਥੇ ਆ ਸਰਦਾਰ ਸੀਗੇ, ਕਦੋਲੇ ਦੇ ਕਦੋਲੇ ਦੇ ਸੀ, ਉਹ ਇੱਥੇ ਆ ਗਏ ਉਹਨਾਂ ਦੇ ਨਾਲ ਹੀ ਅਸੀਂ ਆ ਗਏ।
जमीन मोस्टली निजाम दोस्त मेरा अखबर मुसलमान मारे जड़ा ढाई तीन सौ काफला जट बैठे मार जिन्हें बैठे इधर जो उतरे कख नहीं मारने शुरू कर दिया नशे पिंड कहते मारी जाते नस जाओ तो पिंड जिमीदार से खाफ लेंगे उन्हें एक दस तलाक किए तो चले गए लालपुर उन्होंने बिचो कोई वकील सी कोई मुसलमान हाले तक भी आ मुसलमान ना बीच बैठे स्क्रीन बनाई तड़के पैके चुमार मार दे तीन बजे मार देना एदा करो अब्बल तो निकल जाओ जो नहीं निकल तो कुड़िया साढ़े घर छद लो उधर छद लो असि फिर सोचा भी निकलीए कि जद हो बजे हथ तो पिछले ढाई तीन हजार बंदा आ गया उ आके रह गया सड़क से
ਅਸੀਂ ਕਿਹਾ ਤਾਂ ਮੌਜ ਹੀ ਹੋ ਗਈ। ਅਸੀਂ ਜਦ ਉਹਨੇ ਸਾਨੂੰ ਦੱਸਿਆ 9 ਵਜੇ, ਅਸੀਂ ਉਸਲੇ ਚੱਕ ਕੇ ਸਮਾਨ ਉਹਨਾਂ ਦੇ ਘਰ ਸੁੱਟ ਦਿੱਤਾ, ਆਹ ਪੁੱਛ ਕੇ ਘਰ ਸਮਾਨ ਰੱਖਿਆ ਉਹਨਾਂ ਦੇ ਘਰ ਰੱਖ ਦਿੱਤਾ। ਬਸ ਚਲੀ ਗਏ, ਫਿਰ ਅਸੀਂ ਜਦ ਕਾਫਲੇ 'ਚ ਪਾਇਆ ਤੜਕੇ ਨੂੰ, ਫਿਰ 3 ਬੰਦੇ ਸਾਡੇ ਨਾਲ ਗਏ, ਦੁੱਧ ਸੀਗਾ ਪਿਆ ਘੇਰ 'ਚ ਆਇਆ ਚੱਕ ਲਿਆ ਜੀ। ਉਹਨਾਂ ਵਿੱਚ ਉਹਨਾਂ ਮੋਤੀਆਂ 'ਚ ਇੱਕ ਬੰਦਾ ਸੀ, ਉਹ ਕਹਿੰਦੇ ਲਾ ਗਏ 3 ਬੰਦੇ ਆਤਾ ਹੈ, ਉਹਨੇ ਫੜ ਲਿਆ, ਫੜ ਕੇ ਬਿਠਾ ਲਿਆ। ਉਹ ਕਹਿੰਦਾ ਜਿਹੜਾ ਮੁਸਲਮਾਨ ਸੀ ਨਾ ਸਾਡੇ ਪਿੰਡ ਦਾ, ਉਹਨਾਂ ਨੂੰ ਕਹਿੰਦਾ ਵੀ ਬਾਂਦੇ ਨੇ ਤੁਹਾਤੇ ਤਗੜੇ ਬਹੁਤ ਆ, ਤੂੰ ਬੰਦੇ ਲਿਆਓ 5-7। ਮੈਂ ਕਹਿੰਦਾ ਰੱਖ ਲਈ ਇਹਨਾਂ ਨੂੰ। ਕਿਤੇ ਯਾਦ ਕਰੋ ਵੀ ਬੰਦੇ ਦੱਸਦੇ, ਜਿਹੜੇ ਖੇਤ ਦੀ ਪਿੱਛਾ ਮੁੜ ਕੇ ਦੇਖਿਆ ਤਾਂ ਸਾਡੇ ਮਗਰ 15 ਮਗਰ ਤੇ ਅਸੀਂ ਡੇਢ ਖੇਤ ਦੀ ਬਾਤ ਸੀ। ਜਦੋਂ ਖੇਤ 'ਤੇ ਦੇਖਿਆ ਜੀ ਜਦ ਜਾਸਦਾ ਇਸ਼ਾਰਾ ਮਾਰ ਕੇ ਮੁੜ ਗਿਆ, ਉਹ ਮੁੜਿਆ ਫਿਰ ਇੱਦਾਂ ਹੀ ਪਿੰਡੋਂ ਦਿੱਤੇ ਨਿਜ਼ਾਮ ਹੁਣੀ ਬਚਾ ਲਿਆ, ਬਚਾ ਲਿਆ ਸਾਨੂੰ। ਫਿਰ ਆਏ ਸਾਨੂੰ ਬੱਲੋ ਕੇ ਹੈ ਦੇਖਣ, ਨਿਜ਼ਾਮ ਹੁਣੀ ਨਾ ਬੱਲੋ ਕੇ ਹਾਲ ਟੁੱਟ ਗਿਆ। ਅੱਛਾ, ਅਸੀਂ ਉੱਥੇ ਆਏ ਮਹੀਨੇ ਬਾਅਦ ਉਹ ਬਹਿਰ ਟੁੱਟ ਗਿਆ, ਫਿਰ ਪਿੰਡੋਂ ਆਏ ਉਹ ਆ ਕੇ ਸਾਨੂੰ ਦਾਣਾ ਫੱਕਾ ਦਿੱਤਾ, ਪੈਸੇ ਦਿੱਤੇ ਸਾਨੂੰ। ਫਿਰ ਸਾਡੀਆਂ ਕੁੜੀਆਂ ਦਾ ਪੁੱਛਿਆ ਵੀ ਤੁਹਾਡੀਆਂ ਕੁੜੀਆਂ ਤਾਂ ਨਹੀਂ ਇੱਥੇ ਖੋਲ੍ਹਦੇ ਆ, ਅਸੀਂ ਕਿਹਾ ਨਹੀਂ ਅਸੀਂ ਬਾਤ ਨਹੀਂ। ਫਿਰ ਉਹ ਬੱਲੋ ਕਾ ਹੈ ਦਿੱਲੀ ਉਹ ਬਣ ਕੇ ਗਿਆ, ਫਿਰ ਉਹ ਮਹੀਨਾ ਇੱਥੇ ਦਿੱਲੀ ਬਣਦਾ ਰਿਹਾ ਸੀ, ਮਹੀਨਾ ਉੱਥੇ ਧੱਕੇ ਖਾਂਦੇ ਰਹੇ। ਉਹ ਇੱਦਾਂ ਸੀ, ਉਹ ਲੰਬੜ ਬਾਬਾ ਬਾਉਂਦੇ ਤਾਂ ਸਾਡਾ ਨਾਨਾ ਉੱਥੇ ਕੰਮ ਅੱਗੇ ਇੱਦਾਂ ਹੀ ਕੰਮ ਕਰਦੇ ਹੁੰਦੇ ਤਾਂ ਉਹ ਝੋਕਦਾ ਝਾਕਦਾ ਹੁੰਦਾ ਸੀ, ਅਸੀਂ ਬਾਲਣ ਬੁਲਣ ਫਰਾਉਣਾ ਜਾ ਕੇ। ਪਿਆਰ ਸੀ ਪੂਰਾ ਨਾ, ਪਿਆਰ ਸੜ ਕੇ ਰੋਟੀ ਨਹੀਂ ਖਾਂਦੇ ਹੁੰਦੇ ਸੀ, ਉਹ ਬੁਰੇ ਨੂੰ ਮੀਟ ਬਣਾਉਣਾ ਤਕਾਲਾ ਨੂੰ ਦਿੰਦੇ ਨੇ ਤਾਂ ਸਾਡੇ ਨਾਨੇ ਨੂੰ ਨਾ ਇੰਨਾ ਪਿਆਲਾ ਭਰ ਕੇ ਰੱਖਦੇ ਨਾ, ਆਪ ਉਹ ਖਾ ਕੇ ਕਾਰ ਕੈ ਬਣਾਉਣਾ, ਉਹ ਗਾਈਆ ਟੋਕਦੇ ਹੇਠਾਂ ਮੀਟ ਦਾ ਪਿਆਲਾ ਪਿਆ ਚੱਕ ਲਿਆ। ਇੰਨਾ ਉਹ ਵੀ ਇੰਨੇ ਸਾਲ ਦੇ ਹੋ ਕੇ ਮਿਲੇ, 100-100 ਸਾਲ ਦੇ ਦੀਨਾ ਵੀ ਤਾਂ ਸਾਡਾ ਨਾਨਾ ਵੀ ਇੱਦਾਂ ਹੀ। ਅੱਛਾ ਅੱਛਾ, ਖੁਰਾਕਾਂ ਬਹੁਤ ਖਾਂਦੇ ਹੁੰਦੇ ਮੀਟ। ਅੱਛਾ, ਫਿਰ ਤੁਸੀਂ ਉੱਧਰੋਂ ਜਦੋਂ ਉੱਜੜ ਕੇ ਆਏ ਕਿਹੜੇ ਪਿੰਡ ਆਏ? ਅਸੀਂ ਇੱਧਰੋਂ ਆਉਂਦੇ ਆ ਗਏ ਆਦਮਪੁਰ ਜੀ, ਆਉਂਦੇ ਆਦਮਪੁਰ ਰਿਸ਼ਤੇਦਾਰ ਸਾਡੇ ਨਾਨੇ ਦੇ ਸਹੁਰੇ ਸੀ ਆਦਮਪੁਰ, ਉਹਦੇ ਫਿਰ ਅਸੀਂ ਰਹਿਣ ਲੱਗ ਪਏ 2-4 ਦਿਨ ਰਹਿ ਕੇ। ਉਹ ਕਹਿੰਦੇ ਤੁਹਾਨੂੰ ਕੋਠਾ ਲੈ ਲਈਏ, ਅਸੀਂ ਇਹ ਕੋਠਾ ਲਿਆ, ਉਹਦੇ ਵਿੱਚੇ ਖੂਹ ਤਾਂ ਵਿੱਚੇ ਮਕਾਨ 10-15 ਮਾਲੇ ਬੈਠਕਾਂ ਬੂਠਕਾਂ, ਜਦ ਅਸੀਂ ਇੱਕ ਰਾਤ ਲੈ ਸੁੱਤੇ ਨਹੀਂ ਉੱਥੇ, ਜਦ ਅਸੀਂ ਐਸਲੇ ਨੂੰ ਗਏ ਤਾਂ ਉੱਥੇ ਆ ਗਈ ਪੁਲਿਸ। ਉਹ ਆਦਮਪੁਰ ਦੀ ਜਿਹੜੀ ਕਮਿਸਟਰੀ ਹੁੰਦੀ ਆ, ਉਹ ਕਹਿੰਦੇ ਵੀ ਇਹ ਮਕਾਨ ਹੈਗੇ ਆ ਜ਼ਮੀਨ ਵਾਲਿਆਂ ਲਈ, ਜਿਹੜੇ ਗਰੀਬ ਆਏ ਉਹਨਾਂ ਲਈ ਨਹੀਂ ਮਕਾਨ, ਤੁਸੀਂ ਕੋਈ ਮਕਾਨ ਲੈਣਾ ਤਾਂ ਜਿਹੜਾ ਗਰੀਬ ਘਰ ਆ ਇਕੱਲਾ ਕੋਠਾ ਤਾਂ ਇਕੱਲਾ ਆ ਉਹ ਲੈ ਲਓ। ਅਸੀਂ ਫਿਰ ਸੋਚਿਆ ਵੀ ਹੁਣ ਕਿੱਦਾਂ ਕਰੀਏ, ਉਹ ਵੀ ਸਾਡੇ ਨਾਨੇ ਦੇ ਘਰ ਆ ਰਹਿੰਦੇ ਮਿਲੂ ਜੀ, ਉਹਨਾਂ ਨੂੰ ਪਤਾ ਲੱਗਾ ਵੀ ਗਾਈਆ ਆ ਗਿਆ। ਉਹ 8-9 ਜਣੇ ਆਏ ਸਾਨੂੰ ਚੱਕ ਕੇ ਮਰੂਰੀ ਲੈ ਗਏ। ਅੱਛਾ, ਫਿਰ ਮਰੂਰੀ ਆਏ ਕੋਈ 2 ਸਾਲ। ਅੱਛਾ, ਫਿਰ ਇੱਥੇ ਸਿੰਘ ਸੀ ਦਿਲ ਦੇਖਣ ਆਏ, ਇਹ ਜੱਟ ਗਏ ਸੀ ਉੱਥੇ, ਇਹ ਜੱਟ ਕਹਿੰਦੇ ਤੁਸੀਂ ਕਿਤੇ ਉਹਦੇ ਮਰੂਰੀ ਜਾ ਬੜੇ ਆ, ਆ ਜਾਓ ਇੱਥੇ ਸਾਡਾ ਕੋਠਾ ਲੈ ਲਓ। ਅਸੀਂ ਫਿਰ ਉਹਦੇ ਕੋਠੇ ਦਾ 20 ਸਾਲ, ਉਦੋਂ ਬਾਅਦ ਫਿਰ ਲਲਾਮ ਹੋਇਆ ਲਿਆ ਜੀ। ਹੁਣ ਤਾਂ ਫਿਰ ਮੁੰਡਿਆਂ ਨੂੰ ਮੈਂ ਤਾਂ ਲਿਆ, ਉਹ ਜਿਹੜਾ ਲਲਾਮ ਹੋਇਆ ਉਹ 'ਚੋਂ ਵੀ ਮੈਨੂੰ ਮਿਲਿਆ, ਕਿਉਂਕਿ ਮੈਂ ਨਾ ਉਦੋਂ ਦਰਖਾਸਤ ਨਹੀਂ ਦੇ ਸਕਿਆ। ਤਾਂ ਫਿਰ ਉਦੋਂ ਬਾਅਦ ਫਿਰ ਮੈਂ ਲਿਆ 5 ਕੁਮਾਰ ਦੇ ਥਾਂ, ਮਿਲਿਆ ਸੱਚ ਮੈਨੂੰ 150 ਦਾ ਲਲਾਮ ਹੁੰਦਾ। ਫਿਰ ਨਿਆਣੇ ਨਿੱਕੇ ਮੇਰੇ 2-3 ਮੁੰਡੇ 2 ਕੁੜੀਆਂ, ਮੈਂ ਫਿਰ 5 ਮਾਲ ਲੈ ਜੇ ਲਿਆ। ਅੱਛਾ, ਤੁਸੀਂ ਇੱਥੇ ਫਿਰ ਤੁਸੀਂ ਜਿਹੜੇ ਤੁਹਾਡੇ ਮਾਪੇ ਸੀ ਤੁਹਾਡੇ ਮਾਤਾ ਜੀ, ਹਾਂ ਉਹ ਫਿਰ ਪਾਕਿਸਤਾਨ 'ਚ ਰਹਿ ਗਏ ਸੀ, ਉਹ ਨਹੀਂ ਆਏ, ਉਹ ਤਾਂ ਆਏ ਹੀ ਨਾ, ਉਹ ਕਿਉਂ ਨਹੀਂ ਆਏ? ਉਹ ਨਹੀਂ ਕਹਿੰਦੇ ਮੁਸਲਮਾਨਾਂ ਦਾ ਹੀ ਨਹੀਂ ਆਏ, ਉਹ ਮੁਸਲਮਾਨ ਕਹਿੰਦੇ ਸਾਡੇ ਉੱਧਰ ਹੀ ਆਏ, ਉਹ ਧੱਕੇ ਖਾਂਦੇ ਰਾਮ ਨਾਮ ਬੈਠੇ ਆ। ਉਹ ਮੁਸਲਮਾਨਾਂ ਦਾ ਪਿੰਡ ਸੀ, ਜਦ ਹੀ ਆਏਗਾ ਇਹ ਵੀ ਮੁਸਲਮਾਨ ਸੀ, ਇਹ ਵੀ ਉੱਧਰੋਂ ਹੀ ਆਇਆ, ਇੱਥੋਂ ਦਾ 3 ਕਬੀਲ ਤੇ ਹੀ ਸਾਥ, ਇਹਨਾਂ ਦਾ ਪਿੰਡ ਜਿੱਥੇ ਰਹੇ ਆ। ਨਹੀਂ ਨਹੀਂ, ਤੁਸੀਂ 196 ਬਾਰੇ ਦੱਸੋ। ਆਹੋ, ਉੱਥੇ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਵੱਸਦੇ ਸੀ? ਇਹ ਗੱਲ ਤਾਂ ਮੈਂ ਗਿਆ ਹੀ ਨਹੀਂ ਉੱਥੇ, ਮੈਂ ਕਿੱਦਾਂ? ਜ਼ਿਆਦਾ ਹੁਕੜਾਂ ਦੇ ਸੀ? ਨਾ ਨਾ, ਸਾਡਾ ਪਿੰਡ ਤਾਂ ਅਸੀਂ ਸੀ। ਨਹੀਂ, ਤੂੰ ਗੱਲ ਨਾ ਤੇ ਸਮਝ ਗਿਆ, ਉਹ ਹੁਣ ਮੈਨੂੰ ਜਾਣਨਾ ਪਤਾ ਲੱਗਾ ਵੀ ਕਿਹੜੇ ਕਿਹੜੇ ਹਾਲੇ ਵੀ ਉੱਥੇ ਹੀ ਆਓ।
ਬਹੁਤ ਹਾਲ ਉੱਥੇ ਆ ਕੁਛ ਆ ਕੇ ਇੱਥੇ ਬਗਾਣੇ ਦੇ ਬਗਾਣਾ ਪਿੰਡ ਆ ਤੇ ਕੁਛ ਹੈਗੇ ਇੱਥੇ ਸ਼ਾਮ ਦੇ ਕੋਲ ਹੈਗਾ ਮੇਰਾ ਬਾਪ ਸੀ ਜਿਹੜਾ ਉਹਦਾ ਮੈਂ ਕੱਲਾ ਹੀ ਫਿਰ ਸਾਡੇ ਚਾਚਾ ਦੇ ਘਰ ਸੀ ਸਾਡੀ ਮਾਤਾ ਉਹਦੇ ਫਿਰ ਚਾਰ ਮਾਤਾ ਜੀ ਦਾ ਕੀ ਨਾਂ ਸੀ ਵੀਰੋ ਤਾਂ ਭਾਈ ਦੇ ਨਾਂ ਨਾਨਕ ਚੰਦ ਸੀ ਬੂਟਾ ਸੀ ਪਹਿਲਾਂ ਸਰਵਣ ਸੀ ਐਡਾ ਕਿ ਮਰ ਗਿਆ ਹੁਣ ਬੂਟਾ ਮਰ ਗਿਆ 15-20 ਦਿਨ ਹੋਏ ਸੱਬੋ ਹੈਗਾ ਬੂਟਾ ਬੂਟਾ ਆਜੋ ਆਜੋ ਵੀ ਹੈਗਾ ਬੂਟਾ ਵੀ ਹੈਗਾ ਜਿਹੜਾ ਸੀਗਾ ਨਾ ਬੂਟਾ ਮਰ ਗਿਆ ਸਤਬਣ ਤਾਂ ਆਜੋ ਆ ਤੇ ਉਹ ਭੈਣ ਨੀ ਸੀ ਭੈਣਾਂ ਸੀਗੀਆਂ ਤਿੰਨ ਇੱਕ ਮਰ ਗਈ ਸੀ ਉਹਦੀ ਪੋਤੀ ਦਾ ਅੱਜ ਵਿਆਹ ਉਹਦਾ ਜਾਣਾ ਸੀ ਅੱਜ ਵਿਆਹ ਮੈਨੂੰ ਵੀਜ਼ਾ ਨਹੀਂ ਮਿਲਿਆ ਮੈਂ ਦਿੱਲੀ ਜਾ ਕੇ ਆ ਗਿਆ ਵੀਜ਼ਾ ਅੱਜ ਵਿਆਹ ਆ ਉੱਥੇ ਮੇਰੀ ਭੈਣ ਦੀ ਪੋਤੀ ਦਾ ਤਿੰਨ ਭੈਣਾਂ ਮੇਰੀਆਂ ਉੱਧਰ ਮਿਲ ਗਏ ਆ ਧਰਮੀ ਜਿਹੜੇ ਉੱਥੇ ਰਹੇ ਹੋ ਤੈਨੂੰ ਮੈਂ ਗੱਲ ਦੱਸਾਂ ਉਹਨਾਂ ਨੇ ਇੱਕ ਗੱਲ ਬਣਾ ਲਈ ਦੀਨਦਾਰ ਹੋ ਗਏ ਉਹਨਾਂ ਨੇ ਗੱਲ ਇਹ ਬਣਾ ਲਈ ਦੀਨਦਾਰ ਹੋ ਕੇ ਬਈ ਤੂੰ ਵਿਆਹ ਆ ਉਹਦੇ ਉਹ ਤੇਰਾ ਸਾਰਾ ਉਹ ਸਾਰੇ ਦੀ ਕੁੜੀ ਵਿਆਹ ਦੇ ਆਪਣੇ ਮੁੰਡੇ ਨੂੰ ਤੇ ਤੇਰੀ ਭੈਣ ਹੈਗਾ ਉਹਦੇ ਮੁੰਡੇ ਨੂੰ ਉਹਨਾਂ ਦੀ ਭੈਣ ਵਿਆਹ ਦੇ ਨਹੀਂ ਫਿਰ ਚਲੋ ਇਹ ਤਾਂ ਸਮੱਸਿਆ ਆਈ ਨਹੀਂ ਫਿਰ ਕੱਲ ਕੀ ਇਹ ਰਿਸ਼ਤੇ ਨਹੀਂ ਹੁੰਦੇ ਹਾਂ ਤੇ ਬਾਬਾ ਜੀ ਤੁਸੀਂ ਫਿਰ ਜਦੋਂ ਇੱਥੇ ਆ ਗਏ ਹਾਂ ਤੁਸੀਂ ਫਿਰ ਆਪਣੀ ਮਾਂ ਨੂੰ ਕਦੋਂ ਮਿਲਣ ਲੱਗੇ ਉਹ ਸੁਣ ਲਾ ਤੂੰ ਜਦੋਂ ਅਸੀਂ ਇੱਥੇ ਆਏ ਮੈਂ ਤਕੜਾ ਹੋ ਗਿਆ ਵਿਆਹ ਆ ਗਿਆ ਮੇਰਾ ਵਿਆਹ ਆ ਗਿਆ ਤਾਂ ਫਿਰ ਉਹ ਮੇਰੇ ਨਾਨੇ ਕਹਿੰਦੇ ਵੀ ਕਿੱਦਾਂ ਕਰੀਏ ਪਾਕਿਸਤਾਨ ਬਾਬਾ ਵੀ ਸਾਡਾ ਆ ਗਿਆ ਸਾਹ ਜਿਹਾ ਜਿਹੜਾ ਤੈਨੂੰ ਕਹਿੰਦਾ 115 ਸਾਲ ਦਾ ਉਹ ਕਹਿੰਦਾ ਤੁਸੀਂ ਫਿਕਰ ਕਰਦੇ ਵਿਆਹ ਆ ਗਿਆ ਤਾਂ ਮੈਂ ਆਪ ਹੀ ਕਰ ਦੇਣਾ ਇਹ ਵਿਆਹ ਕਰ ਦੇਣਾ ਸੀ ਇਹ ਕਹਿੰਦੀ ਪੈਸੇ ਲਾਊਗਾ ਇਹਦੇ ਸਿਰ ਦੇਣੇ ਆ ਪੈਸੇ ਨਾਨੀ ਮੇਰੀ ਕਹਿੰਦੀ ਮੇਰੇ ਕੋਲ ਪੈਸੇ ਆ ਗਏ ਤੂੰ ਨਾ ਲਾਇਓ ਉਹ ਮੇਰੀ ਮਾਤਾ ਨਾ ਜਿਹੜੇ ਮੇਰੇ ਬਾਪ ਦੀਆਂ ਟੁੰਬਾਂ ਸੀ ਉਹ ਮੇਰੀ ਨਾਨੀ ਨੂੰ ਦੇ ਗਈ ਉਹ ਕਹਿੰਦੀ ਤੂੰ ਪੈਸੇ ਨਾ ਲਾਇਓ ਮੈਂ ਆਪੇ ਵਿਆਹ ਕਰ ਦੇਗਾ ਫਿਰ ਮੈਂ ਕੰਮ ਕਰਨ ਲੱਗ ਪਿਆ ਬੋਲਣ 30 ਤਾੜੀ ਦੇ ਤਾਂ ਮੈਂ 3 ਜਿਹੀ ਤਾੜੀ ਲਾਉਂਦਾ ਹੁੰਦਾ ਸੀ ਮੈਂ ਤਾੜੀਆਂ ਲਾਈਆਂ 50 ਛਿਲਕ ਦੀਆਂ ਉਹ ਪੈਸੇ ਨਾਨੀ ਨੂੰ ਦਿੱਤੇ ਸਾਰੇ ਉਹਨੇ ਖਰਚੇ ਨੀ ਉਹਦੇ ਕੋਲ 1900 ਰੁਪਈਆ ਸੀ ਉਹਦੇ ਵਿਆਹ ਹੋ ਜਾਂਦਾ ਸੀ ਸਾਥ ਜੀ ਉਹ ਬੁੜੀ ਕਹਿੰਦੀ ਜਾਓ ਤੁਸੀਂ ਨਾ ਕਰੋ ਵਿਆਹ ਮੈਂ ਆਪੇ ਕਰ ਦੇਣਾ ਉਹ ਫਿਰ ਮੇਰਾ ਸੌਦਾ ਆਇਆ ਤਾਂ ਉਹ ਕਹਿੰਦਾ ਬਈ ਨਾਨੀ ਸਾਡੀ ਕਹਿੰਦੀ ਵੀ ਵੀਰੂ ਤਾਂ ਮੰਨਦਾ ਨਹੀਂ ਫਿਰ ਮੈਂ ਪੈਸੇ ਲਾਉਣੇ ਤੁਸੀਂ ਇੱਦਾਂ ਕਰੋ ਮੁੰਡਾ ਆਊਗਾ ਤਾਂ ਤੁਸੀਂ ਕੁੜੀ ਵਿਆਹ ਦਿਓ ਮੈਂ ਬੰਦੇ 2-3 ਘੱਲ ਲਉਂਗੇ ਉਹ ਫਿਰ ਗੱਲ ਚੱਲਦੀ ਇੱਦਾਂ ਹੋ ਗਈ ਤਾਂ ਉਹ ਫਿਰ ਮੈਨੂੰ ਕਹਿੰਦਾ ਮੇਰਾ ਸੌਦਾ ਤੂੰ ਕੱਪੜੇ ਲਵਾ ਲਾ ਅਤੇ ਦੂਈ ਜਨੇਤ ਆਉਣੀ ਉਹਦੇ ਨਾਲ ਆ ਜਾਈ ਅਸੀਂ ਤੈਨੂੰ ਫੇਰੇ ਦੇ ਦੇਵਾਂਗਾ ਜਾ ਕੇ ਕੋਈ ਥਾਂ ਹੋਇਆ ਤਾਂ ਸਾਡੀ ਕੁੜੀ ਲੈ ਜਾਈ ਤੈਸੀ ਕੀਤੀ ਅਸੀਂ ਵਿਆਹ ਜਾਵਾਂਗੇ ਤਾਂ ਮੈਂ ਦਊਗਾ
ਉਹ ਫਿਰ ਨੌਕਰ ਸੀ ਉਹਨਾਂ ਜ਼ਮਾਨੇ 14 ਪੜਿਆ ਸੀ ਉਹ ਫਿਰ ਅੰਦਰ ਸੈਕਟਰੀ ਹੋ ਕੇ ਮਰਦਾ ਅੱਛਾ ਫਿਰ ਕਨੇਡਾ ਜਾ ਕੇ ਹੋਏ ਹੁੰਦਾ ਰਿਹਾ 2 ਸਾਲ ਹੋਏ ਉਹ ਫਿਰ ਮੈਨੂੰ ਆਪਣਾ ਥਾਂ ਦੇ ਕੇ ਗਿਆ ਮੈਂ ਮੈਂ ਉਹਨੂੰ 20,000 ਦੇ ਕੇ 10-15 ਦਿਨ ਕਰ ਲਈ ਫਲਾਣੇ ਦਿਨ ਨੂੰ ਦਊਂਗਾ 25 ਦੀ ਮੈਂ 50,000 ਦਾ ਲੈ ਲਿਆ ਉਹਨੂੰ 25 ਦੇ ਦਿੱਤਾ ਅਤੇ 25 ਦਿਨ ਯਾਦ ਹੋਏ ਤਾਂ ਮੈਨੂੰ ਇੰਨਾ ਕਾਗਜ਼ ਆ ਗਿਆ ਦਿੱਲੀ ਨੂੰ ਮੈਂ ਬੈਂਕ ਵਿੱਚ ਜਾ ਕੇ ਤਾਂ ਪੈਸੇ ਲਿਆ ਉਹ ਮੈਂ 25 ਦਿਨ ਪੈਸੇ ਲਿਆ ਕੇ ਤਾਂ ਉਹ ਕਹਿੰਦਾ ਇੱਦਾਂ ਕਰ 10 ਵਜੇ ਨਾ ਦਿਵਾ ਦੇ ਇਹਦਾ ਮਤਲਬ ਇਹ ਆ ਮੁੰਡੇ ਦੋ ਕੈਨੇਡਾ ਬਾਬਾ ਜੀ ਇੱਕ ਗੱਲ ਦੱਸਿਓ ਫਿਰ ਤੁਹਾਡੀ ਮਾਂ ਨਾਲ ਮੁਲਾਕਾਤ ਕਦੋਂ ਹੋਈ ਉਹ ਫਿਰ ਮੇਰਾ ਜਦੋਂ ਵਿਆਹ ਹੋ ਗਿਆ ਤਾਂ ਫਿਰ ਉਹਨੇ ਪਾਸਪੋਰਟ ਬਣਾਏ ਉਦੋਂ ਵੀ ਸਾਡਾ ਮੁੰਡਾ ਉੱਧਰ ਗਿਆ ਸੀ ਉਹਨੂੰ ਮਿਲਣਾ ਉਦੋਂ ਮੇਰੇ 2 ਨਿਆਣੇ ਸੀ ਅੱਛਾ ਇੱਕ ਕੁੜੀ ਅਤੇ ਇੱਕ ਮੁੰਡਾ ਉਹ ਕੁੜੀ ਮੇਰੀ ਮਾਤਾ ਦੇ ਕੋਈ ਸਿਰ ਨਹੀਂ ਬੱਚਾ ਸੀ ਉਦੋਂ ਥੋੜ੍ਹਾ ਚਿਰ ਦੀ ਗੱਲ ਆ ਫਿਰ ਹੋਏ ਤੋਂ ਉਹ ਨਸ਼ਾ ਦੇ ਚਾਚਾ ਬਾਲਾ ਸਾਹਿਬ ਬਾਹਰ ਸਾਡੀ ਮਾਈ ਗਈ ਤਕੜਾ ਹੋਏ ਤੇ ਮੈਨੂੰ ਪਾ ਲਿਆ ਉਹ ਨਾਨਕੀ ਉਹ ਕਹਿੰਦੇ ਸ਼ਰਦੇ ਹੋ ਗਏ ਸਾਡੇ ਨਾਨੇ ਕਹਿੰਦੇ ਮੈਨੂੰ ਕੋਈ ਲਾਉਂਦੇ ਬਿਠਾ ਦਿੰਦੇ ਮਾੜੀ ਮਾਤਾ ਕਹਿੰਦੀ ਮੈਂ ਲਾਉਂਦੇ ਨਹੀਂ ਜਾਣਾ ਮੇਰੀ ਸੱਸ ਜੀ ਨੇ ਆ ਮੇਰੀ ਦਾਦੀ ਜੀ ਨੇ ਉਹ ਆਉਂਦੀ ਜਾਂਦੀ ਰਹੀ ਮੈਨੂੰ ਕੋਪੜਾ ਦੀ ਗੱਲ ਆਉਂਦੀ ਰਹੀ ਅੱਛਾ ਉਹ ਫਿਰ ਸਾਡੀ ਦਾਦੀ ਮਰੀ ਤਾਂ ਫਿਰ ਸਾਡੀ ਮਾਤਾ ਉੱਥੇ ਗਈ ਅੱਛਾ ਉਹ ਕਰਕੇ ਗਈ ਸਭ ਕੁਛ ਅੱਛਾ ਫਿਰ ਫਿਰ ਉਹ ਬਿੰਦੀ ਸਾਡੀ ਨੇ ਪਾਸਪੋਰਟ ਬਣਾਇਆ ਜ਼ਿਆਦਾ ਇਹ ਲਾਹੌਰ ਤਾਂ ਉਹ ਜਿਹੜਾ ਬੱਚਾ ਸੀਗਾ ਇੱਕ ਮੇਰਾ ਭਰਾ ਬੂਟਾ ਜਿਹੜਾ ਮਰਿਆ ਉਹ ਬਿੰਦੀ ਲਿਖਾਇਆ ਨਹੀਂ ਪਾਸਪੋਰਟ 'ਤੇ ਜਦੋਂ ਲਾਹੌਰ ਲੰਘਣ ਲੱਗੇ ਪਹਿਲਾਂ ਬਾਅਦ ਬੱਚੇ ਦਿਖਾ ਪਾਸਪੋਰਟ ਦਿਖਾ ਜਦ ਦਿਖਾਏ ਤਾਂ ਉਹ ਕਹਿੰਦੇ ਇਹ ਤਾਂ ਲੰਘ ਸਕਦੀ ਤੇਰਾ ਬੱਚਾ ਇਹ ਦਿਖਾਇਆ ਨਹੀਂ ਫਿਰ ਮੋੜ ਦਿੱਤੀ ਉਹ ਚਾਚਾ ਤਾਂ ਲੰਘਿਆ ਬਾ ਚਾਚਾ ਬਾਜੂ ਲੰਘਿਆ ਉਹ 3 ਮਹੀਨੇ ਰਿਹਾ ਮੇਰੇ ਕੋਲ ਤੂੰ ਮੋਹ ਮੇਰੇ ਕੋਲ ਰਹਿ ਕੇ ਚਲਾ ਗਿਆ ਸਾਡੇ ਬੱਚੇ 2 ਸੀ ਭੁਲਾਉਂਦਾ ਕਿੰਨੇ ਸਾਲਾਂ ਬਾਅਦ ਮਿਲੇ ਸੀ ਚਾਚੇ ਨੂੰ ਉਦੋਂ ਮੇਰਾ ਖਿਆਲ 20 ਸਾਲ ਹੋ ਗਿਆ ਰੋਏ ਫਿਰ ਮਿਲ ਕੇ ਫਿਰ ਉਹ ਚਲਾ ਗਿਆ ਮੁੜ ਕੇ ਫਿਰ ਜਦ ਗਿਆ ਉਹਨੇ ਫਿਰ ਬੀਬੀ ਦਾ ਪਾਸਪੋਰਟ ਬਣਾਇਆ ਨਿਆਣੇ ਦਾ ਨਹੀਂ ਕਿਸੇ ਦਾ ਬਣਾਇਆ ਫਿਰ ਬੀਬੀ 3 ਵਾਰੀ ਆਈ ਉਦੋਂ ਮੇਰੇ 3-4 ਬੱਚੇ ਜਦੋਂ ਬੀਬੀ ਆਈ ਉਹਨਾਂ ਦੇ ਫੋਟੋ ਲਈ ਨਿਆਣੇ ਕਲਾ ਕੇ ਗਈ ਜਦੋਂ ਪਹਿਲੀ ਵਾਰੀ ਮਾਂ ਮਿਲੀ ਉਹ ਰਾਤ ਦਿਨ ਦੱਸਿਆ ਮੈਂ ਲੋਕ ਇਕੱਠੇ ਹੋ ਗਿਆ ਵਿਆਹ ਜਿਹੜੀ ਬੀਬੀ ਨੂੰ ਇੱਥੇ ਤੇ ਮੈਂ ਖਿਆਲ ਆ ਵੀ ਇੱਦਾਂ ਗੱਲ ਕਰਿਓ ਦੱਸਿਓ ਨਾ ਮੇਰੀ ਬੀਬੀ ਨੂੰ ਵੰਸ਼ੀ ਕਿਹੜਾ ਤੇ ਲੱਡੂ ਮੈਂ ਲਿਆ ਤੇ ਲੈ ਕੇ ਜਿਹੜਾ ਆਵੇ ਉਹਨੂੰ ਦੇ ਜਾਣੇ ਤੂੰ ਪਛਾ ਦੀ ਜਾਣੀ ਉਹ ਮੇਰੀ ਬੀਬੀ ਆ ਕੇ ਵਹਿ ਗਈ ਉਹ ਸਾਰੇ ਲੱਡੂ ਵਰਤਾਉਂਦੇ ਰਹੇ ਤਾਂ ਕਦੇ ਨਹੀਂ ਮੈਂ ਆਇਆ ਦੂਰੋਂ ਮੈਨੂੰ ਕਹਿੰਦਾ ਇੱਕ ਬੰਦਾ ਵੰਸ਼ੀ ਵਧਾਈਆਂ ਉਹ ਬੁੜੀ ਲਿਆ ਸੁਣ 2 ਸਾਲ ਤਾਂ ਬੀਬੀ ਉਹ ਖੇਡੀ ਗਈ ਬਹੁਤ ਫਿਰ ਹੌਸਲੇ ਰਹੀ ਫਿਰ ਉਹਨੂੰ ਮੈਂ ਆਈ ਨੂੰ ਕੱਪੜਾ ਲੀਜਾ ਬਣਾ ਕੇ ਦਿੱਤਾ ਫਿਰ ਮੈਂ ਮੇਰੇ ਘਰ ਆਈ ਦੀ ਮੁਰਕੀਆਂ ਸੀ ਮੈਂ ਕਿਹਾ ਬੀਬੀ ਤੂੰ ਲੈ ਜਾ ਕਹਿੰਦੀ ਮੈਂ ਤੈਨੂੰ ਵਿਆਹ ਨੀ ਤੈਨੂੰ ਮੈਂ ਵਧਾਉਣੀਆਂ ਸੀ ਤੈਨੂੰ ਦੇ ਨਾਨਕਿਆਂ ਵਿਆਹ ਮੈਂ ਨਹੀਂ ਲਿਆਉਣੀ ਕੋਪਰਾ ਦੀ ਗੱਲ ਲੱਗ ਗਈ ਕੋਈ 500 ਰੁਪਇਆ ਮੈਂ ਉਦੋਂ ਮੈਂ ਵੀ ਗਰੀਬ ਹੀ ਸੀਗਾ ਅਤੇ 5-7 ਬੱਚੇ ਮੇਰੇ ਉਦੋਂ ਤੁਹਾਨੂੰ ਪਤਾ ਪਾਣੀ ਹੁੰਦਾ ਪਰ ਮੈਂ ਤੰਗੀ ਨਹੀਂ ਕੱਟੀ ਬਹੁਤ ਮੌਜ ਦੇ ਦਿਨ ਕਰਦੇ ਕੋਪਰਾ ਬੁਣਦਾ ਹੁੰਦਾ 2 ਖੇਤੀਆਂ ਬੁਣ ਜਦੋਂ ਜਦੋਂ ਮਾਂ ਆਈ ਪਹਿਲੀ ਵਾਰ ਫਿਰ ਕਿੰਨੀਆਂ ਗੱਲਾਂ ਕੀਤੀਆਂ ਮੈਂ ਕਿਹਾ ਇਹ ਵੀ ਬਹੁਤ ਉਹ ਗੱਲਾਂ ਫਿਰ ਸਾਡੀਆਂ ਮਾਸੀਆਂ ਆ ਗਈਆਂ 3 ਉਹ ਕਿੱਥੇ ਸੀਗੀਆਂ ਇੱਕ ਤਾਂ ਆਹੀ ਨਾ ਦੀ ਮਾਂ ਸੀ ਪਾਕਿਸਤਾਨ ਸਾਡੇ ਕੋਲ ਇਹ 2 ਬੰਦੇ ਸਾਡੇ ਨਾਲ ਹੀ ਆਏ ਆ
ਇੱਕ ਇਹਨਾਂ ਦੀ ਭੈਣ ਸੀ ਉਹ ਵੀ ਸਾਡੇ ਕੋਲ ਰਹਿੰਦੀ ਹੁੰਦੀ। ਅੱਛਾ ਇੱਕ ਇਹ ਹੋ ਗਈ ਭੈਣ, ਦੂਜੀ ਕਿੱਥੇ ਗਈ? ਦੂਜੀ ਸੀਗੀ ਨਰੰਗਾਬਾਦ ਉਹ ਬਿਆਲੇ ਦੇ ਕੋਲ, ਤੀਜੀ ਸੀਗੀ ਉਹ ਵਪਾਰਕਾ। ਨਿਰੰਗਾਬਾਦ ਤਿੰਨ, ਇੱਕ ਚੋਲਾ ਦੇ ਨੰਗਲ ਚਾਰ, ਪੰਜਵੀਂ ਆਸੀ ਭੋਗ ਤਾਂ ਦੋ ਮੰਗ ਸੀ। ਬਹੁਤ ਸਬਰ ਤਕੜਾ ਚਿੱਤ ਕਰੇ ਤਾਂ ਉਸ ਮਾਸੀ ਦੇ ਚਲੇ ਜਾਣਾ, ਚਿੱਤ ਕਰੇ ਨਿਰੰਗਾਬਾਦ ਚਲੇ ਜਾਣਾ, ਚਿੱਤ ਕਰੇ ਤਾਂ ਤੀਜ ਜਿਹੜੀ ਸੀ ਉਹਦੇ ਚਲੇ ਜਾਣਾ। ਜਦੋਂ ਵਾਪਸ ਮੁੜੀ ਹੋਣੀ ਵਾਪਸ ਤਾਂ ਮੈਂ ਕਹਿ ਦਿਆ ਤੂੰ ਮੁੱਕਰ ਜਾ, ਵੀ ਮੈਂ ਆ ਗਈ ਪੁੱਤ ਕੋਲ ਤਾਂ ਮੇਰਾ ਉੱਧਰ ਹੈ ਨੀ ਕੋਈ। ਕਹਿੰਦੀ ਤੈਨੂੰ ਮੈਂ ਇਕੱਲੇ ਨੂੰ ਹੁਣ ਕਹਿ ਦਿਆਂ ਤਾਂ ਜਿਹੜੇ ਉੱਧਰ ਛੇ ਆ ਆਪਣੀ ਭੂਆ ਦਾ ਪਾਸਪੋਰਟ ਬਣਾ ਕੇ ਦਿੱਤਾ, ਉਹ ਗਏ ਮੇਨ। ਉਹ ਤੋਂ ਬਾਅਦ ਫਿਰ ਨੀ ਆ ਕੇ ਮੈਂ ਆਪਣਾ ਬਣਾਇਆ ਸੀ, ਫਿਰ ਮੈਂ ਗਿਆ। ਮੈਂ ਤਾਂ ਹਰ ਸਾਲ ਜਾਂਦਾ ਰਿਹਾ ਸੀ, ਹੁਣ ਮੈਂ ਫਿਰ ਤਿਆਰ ਸੀ। ਉੱਥੇ ਕੰਮ ਠੀਕ ਸੀ ਇਹਨਾਂ ਦਾ, ਉਹਨਾਂ ਬਾਹਰ ਗਏ ਹੋਏ ਸਾਰੇ ਜੋ ਜਿਹੜਾ ਪਿੰਡ ਤੁਹਾਡਾ ਸੀ ਉਹੀ ਪਿੰਡ ਉਹਨਾਂ ਦਾ ਪਿੰਡ ਸੀ? ਜੱਦੀ ਜੱਦੀ ਹੁਕੜਾ ਸ਼ਾਲਨੇ ਚ ਨਹੀਂ ਸੀ ਉਹ ਹੈਗਾ ਕੋਲ ਹੈਗਾ 95 ਆਇਆ ਉੱਥੇ ਆ 95 ਚ 95 ਦੇ ਕੇ ਆਇਆ ਉਹਨੂੰ ਵੀ ਉਹ ਪਤਾ ਉਹ ਕੀ ਕਹਿੰਦਾ ਸੀ ਕਹਿੰਦਾ ਉਹਦਾ ਨੰਬਰ ਦਾ ਸੀ ਗੁਜ਼ਾਰਾ ਦਾ 9 ਸਾਲ ਦਾ ਨਾਲ ਮੈਂ ਜਦੋਂ ਇੱਧਰੋਂ ਗਿਆ। ਨਹੀਂ ਤੁਸੀਂ ਗਏ ਮੁਸਲਮਾਨਾਂ ਨੂੰ ਮਿਲੇ? ਹਾਂ ਮੁਸਲਮਾਨ ਹੁਕੜਾ ਦੇ ਮੁਸਲਮਾਨ ਮਿਲੇ ਮੁਸਲਮਾਨ ਮਿਲੇ ਨਹੀਂ 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 ਮੈਂ ਆਹ ਧਰਮੀਆਂ ਦਾ ਗੱਲ ਕਰਦਾ। ਹੁਕੜਾ ਦਾ ਇੱਕ ਪਰਿਵਾਰ ਹੋਰ ਵੀ ਰਹਿ ਗਿਆ ਜਿਹਨਾਂ ਦਾ ਇੱਕ ਸ਼ੇਰ ਮੁਹੰਮਦ ਸੀ, ਇੱਕ ਉਹਨਾਂ ਦੀ ਭੈਣ ਆ ਗਈ ਸੀ ਪਡੋਰੀ ਨਿੱਜਣਾ ਵਿਆਹੀ ਸੀ ਪਹਿਲਾਂ, ਬਾਅਦ ਚ ਬਸੀ ਗਲਾਂ ਚ ਉਹ ਸੈਦੋ ਪੱਟੀ ਉਹ ਵਿਆਹੀ ਫਿਰ ਉਹਦਾ ਨਾ ਉਹ ਆ ਗਿਆ ਸੀ ਫਿਰ ਇੱਧਰ ਨਹੀਂ ਆਏ ਉਹ ਨਹੀਂ ਆਏ ਯਾਰ ਮੈਂ ਤਾਂ ਅਸੀਂ ਸਾਰਿਆਂ ਨੂੰ ਜਾਣਦਾ। ਉਹ ਇਹ ਹੋ ਸਕਦਾ ਵੀ 198 ਚ ਹੋਣ? ਹਾਂ 198 ਚ ਉਹ 198 ਆ ਉਹ 98 ਦਾ ਸਾਡੇ ਆ ਤਾਂ ਨਾਲ ਲੈ ਜਾ ਉੱਥੇ ਸਾਡੇ ਮੈਂ ਭੈਣਾ ਵਿਆਹ ਨਹੀਂ ਹੋਇਆ ਉਹਨਾਂ ਦੀ ਟੱਬਰ ਨੇੜੇ ਹੀ ਆ ਆਹੋ ਆਹੋ ਇੱਕ ਦੂਜੇ ਨੂੰ ਵਿਆਹ ਦੇ ਮੇਰੇ ਹੀ ਆ ਸਾਨੂੰ ਮੈਂ ਜਿੱਦਾਂ ਇੱਥੋਂ ਸਾਨੂੰ ਆ। ਹੁਣ ਤੁਸੀਂ ਇਹ ਦੱਸੋ ਵੀ ਆਹ ਧਾਰਮੀ ਕਿਹੜੇ ਕਿਹੜੇ ਪਿੰਡਾਂ 'ਚ ਰਹਿ ਗਿਆ ਉੱਥੇ? ਆਹ ਧਾਰਮੀ ਤਾਂ ਹੈਗਾ ਸਾਰਿਆਂ ਪਿੰਡਾਂ 'ਚ ਪਰ ਬਾਜੂ ਦੀਨਦਾਰ। ਚਲੋ ਆਹ ਗੋਤਾਂ ਗਾਤਾਂ ਚੱਲਦੀਆਂ ਉੱਥੇ? ਨਹੀਂ ਨਹੀਂ ਕੋਈ ਗੋਤ ਨਹੀਂ ਉੱਥੇ, ਬਸ ਸਾਰੇ ਦੇ ਭਣੋਜੇ ਦੇ ਵਿਆਹ ਦੇ ਭਣੋਜੇ ਦੀ ਸਾਰੇ ਦੇ ਵਿਆਹ ਦੇ ਮਾਮੇ ਦੀ ਭੂਆ ਦੇ ਵਿਆਹ ਦੇ ਭੂਆ ਦੀ ਮਾਮੇ ਉਹ ਛੱਡੋ। ਚਲੋ ਤੁਸੀਂ ਇਹ ਦੱਸੋ ਜੋ ਤੁਸੀਂ ਗਏ ਆ ਉੱਥੇ ਹੁਣ ਤੁਹਾਡੇ ਆਹ ਧਰਮੀਆਂ ਦੇ ਦੀਨਦਾਰ ਜਿਹੜੇ ਬਣ ਗਏ ਆ 50-60 ਘਰ ਤਾਂ ਹੋਣੇ ਬਹੁਤ ਆ ਆਏ ਜਾਏ ਪਿੰਡਾਂ ਚ ਬਹੁਤ ਆ ਨੇੜੇ ਨੇੜੇ ਜੋ ਤੁਸੀਂ ਜਾਂਦੇ ਆ ਇਕੱਠੇ ਹੁੰਦੇ ਸਾਰੇ? ਮੈਂ ਕਹਿੰਦਾ ਨੇੜੇ ਆਉਂਦੇ ਆ ਸਾਰੇ ਆਉਂਦੇ ਹੀ ਆ ਮੁਸਲਮਾਨ ਆਉਂਦੇ ਆ ਇਹਨਾਂ ਪਿੰਡਾਂ ਦੇ ਲਾਲਪੁਰ ਦੇ ਫਿਰ ਆਉਂਦੇ ਆ ਫਗਲਾਣੇ ਤੇ ਉਹਦੇ ਪਿੰਡ ਆ ਖਨੌੜੇ ਦੇ ਮੁਸਲਮਾਨ ਬਹੁਤ ਤਗੜੇ ਸੀ ਫਿਰ ਉਹ ਆਉਂਦੇ ਆ ਪਡੋਰੀ ਦੇ ਫਿਰ ਉਹ ਆਉਂਦੇ ਆ ਜਿਹੜੇ ਇੱਥੇ ਗਏ ਉਹ ਮਿਲਣ ਆਉਂਦੇ ਸੀ ਬਹੁਤ ਆਉਂਦੇ ਮਿਲਣ ਤੋਂ ਮਿਲਣ ਮਿਲੇ ਸੀਗੇ ਉਹਦੇ ਸ਼ੇਰਾ ਤੇ ਇੱਕ ਨਾਂ ਸੀਗਾ ਸ਼ੇਰਾ ਤੇ ਇੱਕ ਦੇ ਨਾਂ ਸੀਗਾ ਲੋਗਰ ਉਹ ਜੁੱਤੀਆਂ ਬਣਾਉਂਦਾ ਹੁੰਦਾ ਬਹੁਤ ਤਕੀਏ ਉਹ ਫਿਰ ਸਾਰਿਆਂ ਦੇ ਨਾਂ ਪੁੱਛੇ ਵੀ ਇੱਥੋਂ ਇੱਧਰ ਦੁਨੀਆਂ ਆਉਂਦੀ ਆ ਪਿੱਛੇ ਕੜੀ ਕੜੀ ਨਿਆਣੇ ਆਉਂਦੇ ਆ ਭਰਾ ਉਹ ਆਵਾਜ਼ ਬਹੁਤ ਕਰਦੇ ਆ ਭਰਜਾਈਆਂ ਜਿਹੜੀਆਂ ਆਈਆਂ ਉਹ ਬਹੁਤ ਇੱਧਰ ਕੌਣ ਪੁੱਛਦਾ ਇੱਕ ਦੂਜੇ ਪੁੱਛਦਾ ਕੋਈ ਇੱਧਰ ਕੋਈ ਜਲਾਮ ਦੇ ਆ ਤੇ ਕੁਛ ਹੈਗੇ ਆ ਇੱਧਰ ਪੜੋਰੀ ਆ
फलाने माता दुनिया तो गई मेरा 15-16 साल हो गया दादी देखी मैं दादी सा पिता की माता पर बाबा सा मर गया कत्ते की बीमारी पांच भरा से तकड़े जवान ओनू पई बाकी बच गए सारे ते दा हुन बीमारी आ। अच्छा ते बाबा जी हुन दस्यो कि माता जी तो पूरी हो गई कोई चिट्ठी आई सी? हां ते फोन आ गया, टेलीफोन आ गया ते जी हुन आ रोज आदा तकारा कल्ला कल्ला जी देख ला हुन तो फोटो भी आउंदी नाल। हां उदो नहीं फोटो उदो चिट्ठी आउंदी ते फिर ना तो मेरे करूंगा उदो अफसोस नु गए। अच्छा उनु दफनाया कब्र में उदो बांधी कब्र फूक दे हिंदू है नहीं ना मुसलमान कबर से सद के गए सद के बाप साढ़े पहला मरे कबर पक्की है माता की कच्ची है जाना जी उसे प्रसाद लगा बोलिया कबर मेरे घरों कबर लिपी लाया जा माता भी ना लगे ना सारा वो भी सारा लगे आने गुआनी लिया बना के आने गुआनी लिया बना के खिलाया लोगों अपने बाकी मैं ज्यादा भी थोड़ा चेन मैं मेरे न्याणे का ब्याह होया कुड़ी का रक्षा ना लभे
ਇਹ ਸਾਰੇ ਲੁਕਦੇ ਫਿਰ ਨਾ ਉਹ ਦਾਣੇ ਦਾ ਚੱਕਰ ਨਹੀਂ ਸੀ ਮੈਂ ਬੋਰੀ ਚੱਕੀ ਤਾਂ ਚੁੱਪ ਕਰਕੇ ਕਰ ਦਿੰਦਾ ਕੁਆਰਟਰ ਪਿੰਡ ਸਾਰਾ ਦੇਖੇ ਬੋਲ ਸੀ ਬੋਰੀ ਚੱਕ ਲਿਆ।